ਇੱਕ ਨੰਬਰ ਦਾ ਟਰੈਕਟਰ ਆ ਇਹ ਉੱਨੀ ਵਾਲੇ ਵੀਰ, ਉੱਨੀ ਵਾਲਾ ਟਰੈਕਟਰ ਆ, ਕੰਡੀਸ਼ਨ ਬੜੀ ਘੈਂਟ ਪਈ ਆ ਟਰੈਕਟਰ ਦੀ, ਸਾਫ਼ ਸੁਥਰੀ ਕੰਡੀਸ਼ਨ, ਕੰਡੀਸ਼ਨ ਚੈੱਕ ਕਰੋ। ਅਰਜਨ ਇਹ 2012 ਮਾਡਲ ਜੀ, ਇਹ 12 ਮਾਡਲ ਜੀ, 555 ਹੈ ਜੀ, ਸੈਂਟਰ ਗੇਅਰ ਆ, ਸੈਂਟਰ ਗੇਅਰ ਆ, ਪਿਛਲੇ ਟਾਇਰ ਤਾਂ ਬ੍ਰਾਂਡ ਨਿਊ ਨੇ ਹਨ ਜਾਂ ਦੇ ਪਾਏ ਵੀ। ਹਾਂਜੀ ਹਾਂਜੀ, ਅਤੇ ਮੁੱਢੇ ਟਾਇਰ ਆ ਜੀ ਹੈਗੇ ਨੇ 40%। ਹਾਂਜੀ ਹਾਂਜੀ, ਇਹ 2009 ਮਾਡਲ ਹੈ ਜੀ, 2009 ਮਾਡਲ ਅਰਜਨ, 3 ਲੱਖ ਦਾ, 3 ਲੱਖ ਰੁਪਇਆ ਡਿਮਾਂਡ ਆ। ਇਹ 99 ਮਾਡਲ ਹੈ, 1999 ਮਾਡਲ ਜੀ। ਠੀਕ ਆ ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਜਨਵਰੀ ਦੇ ਵਿੱਚ। ਪਿਆਰੇ ਵੀਰੋ, ਆਪਾਂ ਹੁਣੇ ਆ ਅੱਜ ਫਿਰ ਇੱਕ ਵਾਰ ਤੋਂ ਆਪਣੇ ਸੈਨ ਪੜਾੜੇ ਭਰਾਵਾਂ ਕੋਲ। ਤੁਹਾਨੂੰ ਪਤਾ ਵੀ ਇਹਨੇ ਪਹਿਲਾਂ ਵੀ ਵੀਡੀਓ ਤੁਹਾਨੂੰ ਦੇਖੀ ਆਪਣੇ ਚੈਨਲ 'ਤੇ, ਮੇਰਾ ਹੁਣ ਸੀਜ਼ਨ ਤੋਂ ਬਾਅਦ ਟਰੈਕਟਰ ਆਪਣੇ ਨਵੇਂ ਆ ਚੁੱਕੇ ਨੇ ਬਦਲ ਕੇ, ਇਸ ਲਈ ਆਪਾਂ ਤੁਹਾਡੇ ਜੀ ਇੱਕ ਵਾਰ ਫਿਰ ਤੋਂ ਆਪਾਂ ਵੀਡੀਓ ਲੈ ਕੇ ਆ ਚੁੱਕੇ ਹਾਂ। ਵੀਰ ਜੀ ਸਵਾਗਤ ਤੁਹਾਡਾ ਆਪਣੇ ਚੈਨਲ 'ਤੇ। ਵੀਰ ਜੀ ਕਿੰਨੇ ਕੁ ਟਰੈਕਟਰ ਅੱਜ ਆਪਣੇ ਕੋਲ ਖੜ੍ਹੇ ਨੇ ਜੀ? ਟਰੈਕਟਰ ਹੁਣ ਤਾਂ 20 ਦਿਨ ਆਸਪਾਸ ਹੈਗੇ ਸਰ, 20-22 ਟਰੈਕਟਰ ਹੈਗੇ ਨੇ ਜੀ। ਅਤੇ ਜੇਕਰ ਆਪਾਂ ਕਰਦੇ ਜੀ 5500 ਦੀ, ਇਹ ਕਿੰਨਾ ਮਾਡਲ ਟਰੈਕਟਰ ਜੀ? 2011 ਮਾਡਲ ਜੀ, 2011 ਮਾਡਲ ਟਰੈਕਟਰ ਜੀ, ਫਾਸਟ ਪਾਲਟੀ ਆ। ਇਹ ਨੰਬਰ ਕਿੱਥੇ ਜੀ? ਨੰਬਰ ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ ਦਾ ਨੰਬਰ ਆ। ਬਾਕੀ ਟਾਇਰ ਟੂਰ ਦਿਖਾ ਦੇ, ਵਧੀਆ ਟਾਇਰ ਪਏ ਨੇ, ਲਗਭਗ 80% ਟਾਇਰ ਹੈਗੇ ਨੇ। ਅਤੇ ਕਿੰਨੀ ਡਿਮਾਂਡ ਕਰਦੇ ਜੀ ਆਪਾਂ ਇਹਦੀ? 4.25 ਲੱਖ। ਇਹ ਟਰਬੋ ਵਾਲਾ ਜੀ, ਸਿੰਪਲ 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 ਬਿਨਾਂ ਟਰਬੋ, 4.25 ਲੱਖ ਰੁਪਏ ਡਿਮਾਂਡ ਆ, 3 ਸਪੀਡ ਅਤੇ ਵਿਦਾਊਟ ਟਰਬੋ ਆ ਜਾਣਾ ਜੀ। ਠੀਕ ਆ ਠੀਕ ਆ, 3 ਸਪੀਡ ਦੇ ਵਿੱਚ ਆ। ਅਤੇ ਦੂਜਾ ਹੈਗਾ ਜੀ ਸੋਨਾਲੀਕਾ, ਇੱਕ ਨੰਬਰ ਦਾ ਟਰੈਕਟਰ ਆ। ਇਹ 19 ਵਾਲੇ ਵੀਰ, 19 ਵਾਲਾ ਟਰੈਕਟਰ ਆ, ਕੰਡੀਸ਼ਨ ਬੜੀ ਘੈਂਟ ਪਈ ਆ ਟਰੈਕਟਰ ਦੀ, ਸਾਫ਼ ਸੁਥਰੀ ਕੰਡੀਸ਼ਨ, ਕੰਡੀਸ਼ਨ ਚੈੱਕ ਕਰੋ। ਬਾਕੀ ਨਵੇਂ ਵਰਗਾ ਪਿਆ ਟਰੈਕਟਰ, ਬ੍ਰਾਂਡ ਨਿਊ, ਟਾਇਰ ਵੀ ਲਗਭਗ 80-90% ਟਾਇਰ ਹੈਗੇ ਨੇ। ਨੰਬਰ ਕਿੱਥੋਂ ਦਾ ਜੀ? ਇਹੀ ਨੰਬਰ ਲੁਧਿਆਣੇ ਦਾ ਜੀ, ਲੁਧਿਆਣੇ ਦਾ ਨੰਬਰ ਆ, ਪੰਜਾਬ ਨੰਬਰ। 7 ਸਪੀਡ ਲੱਗੀ ਹੋਈ ਆ ਉੱਪਰ, ਦੇ ਦਿਖਾ ਦੇ ਕਰੀਬ, ਵਧੀਆ ਕੰਡੀਸ਼ਨ ਦੇ ਵਿੱਚ 7 ਸਪੀਡ ਆ, ਪ੍ਰੋਪਰ ਲੱਗਿਆ ਹੋਇਆ। ਕਿੰਨੀ ਡਿਮਾਂਡ ਕਰਦੇ ਜੀ ਆਪਾਂ ਜੀ? ਇਹ 5,10,000 ਰੁਪਏ ਦਾ ਜੀ, 5-10। ਬਾਕੀ ਮਾਡਲ ਹੋ ਜੂਗਾ ਮਾਡਲ ਮਾਡਲ ਜੀ। ਠੀਕ ਹੈ ਜੀ, ਇੱਧਰ ਸੋਨਾਲੀਕਾ ਜੀ, ਇਹ 2008 ਮਾਡਲ ਆ ਜੀ, ਇਹ 2000 ਨੰਬਰ ਹੈ ਜੀ, ਕਾਪੀ ਪਾਸ ਹੋਈ ਸਰ, ਪੰਜਾਬ ਨੰਬਰ ਟਰੈਕਟਰ 2008 ਮਾਡਲ। ਅਤੇ ਪਿਛਲੇ ਟਾਇਰ ਹੈਗੇ ਨੇ 14 ਦੇ, ਮੋਢੇ ਟਾਇਰ 7-50 ਦੇ ਨੇ ਬੜੇ। ਇਹਦੀ ਕਿੰਨੀ ਡਿਮਾਂਡ ਜੀ? 2.85 ਦੀ, 2.85 ਦੀ ਡਿਮਾਂਡ ਆ। ਇੰਨੇ ਕਿਹੜਾ ਰੇਟ? ਓਕੇ ਜੀ, ਪੂਰਾ ਸਲੀ ਰੇਟ, ਓਰੀਜਨਲ ਰੇਟ ਸਾਰਾ ਜੀ, ਇਹ ਬਣੇ ਸਣੇ ਨਹੀਂ ਹੈਗਾ। ਠੀਕ ਆ ਠੀਕ ਆ ਜੀ, ਇੱਧਰ ਅਗਲਾ ਗਿਆ ਜੀ ਅਰਜਨ, ਇਹ 2012 ਮਾਡਲ ਜੀ, ਇਹ 12 ਮਾਡਲ ਜੀ, 555 ਹੈ ਜੀ, ਸੈਂਟਰ ਗੇਅਰ ਆ, ਸੈਂਟਰ ਗੇਅਰ ਆ, ਪਿਛਲੇ ਟਾਇਰ ਤਾਂ ਬ੍ਰਾਂਡ ਨਿਊ ਨੇ ਹਨ ਜਾਂ ਦੇ ਪਾਏ ਵੀ। ਹਾਂਜੀ ਹਾਂਜੀ, ਅਤੇ ਮੁੱਢੇ ਟਾਇਰ ਆ ਜੀ ਹੈਗੇ ਨੇ 40%। ਹਾਂਜੀ ਹਾਂਜੀ, ਨੰਬਰ ਕਿੱਥੇ ਜੀ? ਇਹ ਨੰਬਰ ਲੁਧਿਆਣੇ ਹੈ, PV10, ਇਹ ਵੀ ਪੰਜਾਬ ਨੰਬਰ, ਲੁਧਿਆਣਾ ਦਾ ਨੰਬਰ ਆ। ਹਾਂਜੀ, ਅਤੇ ਇਹ ਸਿੰਪਲ ਹੁੰਦਾ, ਹਾਈ ਲੋਅ ਦੇ ਵਿੱਚ ਵਾਲਾ ਹੈ ਨਾ ਜੀ? ਹਾਈ ਲੋਅ ਆ। ਡਿਮਾਂਡ ਕਿੰਨੀ ਇਹਦੀ? ਇਹ 3.5 ਦਾ ਵੀਰ, 3.5 ਡਿਮਾਂਡ ਆ। ਵੈਸੇ ਟਰੈਕਟਰ ਦੇਖਣ ਨੂੰ ਐਂ ਲੱਗਦਾ ਜਿਵੇਂ ਉੱਚਾ ਮਾਡਲ ਹੋਏ, 16,000 ਮਾਡਲ, ਬਾਕੀ ਕਾਫ਼ੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ। ਅਤੇ ਅਗਲਾ ਆ ਗਿਆ ਜੀ ਫੋਰਡ 2700, 1,20,000 ਦਾ ਜੀ, 1,20,000 ਰੁਪਏ ਡਿਮਾਂਡ ਆ। 94 ਮਾਡਲ ਹੈ, 94 ਮਾਡਲ, ਨੰਬਰ ਪੰਜਾਬ ਹੈ ਜੀ। ਹਾਂ, ਪੰਜਾਬ ਨੰਬਰ ਪੰਜਾਬ, ਟਾਇਰ ਟੂਰ ਵਧੀਆ ਕੰਡੀਸ਼ਨ ਦੇ ਵਿੱਚ ਪਾਏ, ਲਗਭਗ 60-70% ਟਾਇਰ ਹੈਗੇ ਨੇ। ਕਾਪੀ ਕੁਪੀ ਕਰ ਜਾਓ, ਓਕੇ ਜੀ? ਇਹਦੇ ਹਾਂ, ਕਾਪੀ ਓਰੀਜਨਲ ਕਾਪੀ ਹੈ। ਠੀਕ ਆ ਠੀਕ, ਓਰੀਜਨਲ ਕਾਪੀ ਹੈਗੀ ਹੈ, ਸਭ ਕੁਛ ਕਾਪੀ ਕਾਗਜ਼ ਮਿਲਣਗੇ, ਜੇ ਮੇਰੇ ਭਰਾ ਨੇ ਲੈਣਾ ਹੈ। ਅਤੇ ਅਗਲਾ ਜੀ 750, ਇਹ ਪਰਮਿੰਦਰ ਪੁੱਛਣਾ ਪਊ ਕਹਿੰਦਾ ਹੈ, ਸੋਹਣਿਕਾ 750 ਜੀ, 8 ਮਾਡਲ ਜੀ, 8 ਮਾਡਲ ਜੀ, 8 ਮਾਡਲ। ਅਤੇ ਨੰਬਰ ਆਪਣਾ ਪੰਜਾਬੀ ਜੀ? ਹਾਂ, ਪੰਜਾਬ ਨੰਬਰ, ਪੰਜਾਬ ਨੰਬਰ, ਸਮਰਾਲੇ ਦਾ,
ਸਮਾਰਟ ਦਾ ਨੰਬਰ ਹੈ ਜੀ। ਡਿਮਾਂਡ ਕਿੰਨੀ? 2.75 ਜੀ। 2.75 2,75,000 ਰੁਪਈਆ ਡਿਮਾਂਡ ਆ। ਬਾਕੀ ਤੁਸੀਂ ਟਾਇਰ ਟੂਰ ਦੇ ਸਕਦੇ ਹੋ। ਟਾਇਰ ਜਿਹਾ ਸਾਡੀ ਵਧੀਆ ਕੰਡੀਸ਼ਨ ਦੇ ਟਾਇਰ ਪਏ ਨੇ। ਹਾਂਜੀ ਹੈਗੇ ਨੇ, 75% ਟਾਇਰ ਹੈਗੇ ਨੇ ਜੀ। ਬਾਕੀ ਟਾਇਰ ਵੀ ਐਨ ਪਏ ਨੇ। ਇਹ ਸਾਈਡ ਕਿਹਦੇ ਵਿੱਚ ਆ ਗਿਆ ਹੈ ਨਾ ਜੀ? ਮੈਸੀ ਜੀ, ਇਹ ਸੇਲ ਹੋ ਗਿਆ। ਇਹ ਸੇਲ ਹੋ ਗਿਆ ਜੀ। ਅਤੇ ਅਗਲਾ ਫਿਰ ਸਮਾਨ ਲਿਖਾ 750 2012 ਮਾਡਲ ਹੈ ਜੀ। ਇਹ 12 ਮਾਡਲ ਹੈ ਜੀ। ਇਹ ਵੀ ਸਾਈਡ ਗੇਅਰ ਦੇ ਵਿੱਚ ਆ। ਟਾਇਰ ਮੁਰਲੇ ਦਾ ਨਵੇਂ ਵਰਗੇ ਪਏ ਨੇ ਹੈਗੇ ਨੇ, ਲਗਭਗ 80% ਟਾਇਰ ਪਏ ਨੇ। ਇਹ ਮਾਡਲ ਕਿੰਨਾ ਸੀ? 2012 ਮਾਡਲ। ਅਤੇ ਨੰਬਰ ਕਿੱਥੋਂ ਦਾ ਜੀ? ਨੰਬਰ ਮੋਹਾਲੀ ਮੋਹਾਲੀ ਦਾ ਵੀ ਸੁਣਾਉਣਾ ਹੈ। 50 ਨੰਬਰ। ਹਾਂ ਬਾਕੀ ਚਲੋ 50 ਨੰਬਰ ਆ। 2012 ਮਾਡਲ ਆ। ਟਾਇਰ ਵਧੀਆ ਪਏ ਨੇ, ਪ੍ਰੈਸ਼ਰ ਸਟੀਅਰਿੰਗ ਆ। ਕਿੰਨੀ ਡਿਮਾਂਡ ਹੈ ਜੀ? 330 ਦਾ। 330 ਦਾ, ਠੀਕ ਆ, ਠੀਕ ਆ ਜੀ। ਅਤੇ ਅਗਲਾ ਅਰਜਨ ਜੀ, ਇਹ 9 ਮਾਡਲ ਹੈ। ਇਹ 2009 ਮਾਡਲ ਹੈ ਜੀ। 2009 ਮਾਡਲ ਅਰਜਨ, 3.25 ਲੱਖ ਦਾ। 3.25 ਲੱਖ ਰੁਪਇਆ ਡਿਮਾਂਡ ਆ। ਨੰਬਰ ਹੀ ਪੰਜਾਬ ਹੈ ਜੀ। ਹਾਂ ਪੰਜਾਬ। ਨੰਬਰ ਪੰਜਾਬ ਆ। ਟਾਇਰ ਟੂਰ ਤੁਸੀਂ ਦੇ ਸਕਦੇ ਹੋ। ਟਾਇਰ ਮੁਰਦੇ ਹੈਗੇ ਨੇ 50%, ਅਤੇ ਪਿਛਲੇ ਟਾਇਰ ਹੈਗੇ ਨੇ 80% ਪਏ ਨੇ ਟਾਇਰ। 3.25 ਲੱਖ ਰੁਪਇਆ ਡਿਮਾਂਡ ਹੈ ਜੀ। ਹਾਂਜੀ। ਅਤੇ ਇੱਧਰ 963 ਆ ਗਿਆ ਜੀ। ਹਾਂਜੀ। ਇਹ ਕਿੰਨੇ ਮਾਡਲ ਦੇ ਮਾਡਲ ਆ ਜੀ? 20 ਮਾਡਲ ਆ ਜੀ। 2020 ਮਾਡਲ। ਬਾਕੀ ਟਾਇਰ ਟੂਰ ਜਿਹੜੇ ਵੀ ਹੈਗੇ ਨੇ, 80% ਟਾਇਰ ਪਏ ਨੇ ਪਿਛਲੇ। ਮੂਹਰੇ ਮਰਗਾੜ ਬੋਰਡ ਲੱਗੇ ਹੋਏ ਨੇ। 7.5 ਲੱਖ ਰੁਪਏ ਦਾ। 7.5 ਲੱਖ ਰੁਪਏ ਡਿਮਾਂਡ ਆ ਜੀ। 2020 ਮਾਡਲ ਪੰਜਾਬ, ਨੰਬਰ 963। 7.5 ਲੱਖ ਰੁਪਏ ਡਿਮਾਂਡ, 4x4 ਵਧੀਆ ਰੇਟ ਦੇ ਵਿੱਚ ਮਿਲ ਰਿਹਾ। ਇੱਧਰ 735 ਜੀ। ਇਹ 99 ਮਾਡਲ ਹੈ। 1999 ਮਾਡਲ ਜੀ। ਠੀਕ ਆ, ਠੀਕ ਆ ਜੀ। ਨੰਬਰ ਕਿੱਥੋਂ ਦਾ ਜੀ? ਨੰਬਰ ਪੰਜਾਬ ਦਾ ਜੀ। ਇਹ ਵੀ ਪੰਜਾਬ ਨੰਬਰ ਆ ਜੀ। ਇਸ ਦਾ ਕਿਹੜਾ ਨੈਟਵਰਕ ਹੈ ਜੀ? ਹਾਂ ਠੀਕ ਆ, ਠੀਕ ਨੇ। ਕਾਪੀ ਕਾਗਜ਼ ਹੈਗੇ ਸਾਰੇ? ਹਾਜ਼ਰ ਮਿਲਣਗੇ ਸਭ ਕੁਛ। ਕਾਪੀ ਕਾਗਜ਼ ਬਿਲਕੁਲ ਹੈਗੇ ਨੇ। ਪਟਿਆਲਾ ਨੰਬਰ ਆਇਆ ਹੈ? ਹਾਂਜੀ, ਪਟਿਆਲਾ ਨੰਬਰ ਇੱਕ ਲੱਗਿਆ ਵਾ। ਅਤੇ ਡਿਮਾਂਡ ਕਿੰਨੀ ਜੀ? 1,60,000 ਦਾ ਜੀ। 1,60,000 ਰੁਪਏ ਡਿਮਾਂਡ ਆ। ਅਤੇ ਅਗਲਾ ਫੌੜ ਜੀ, ਇਹ 1,25,000 ਰੁਪਏ ਦਾ ਜੀ। 1,25,000 ਰੁਪਇਆ ਦਾ ਫੌੜ। 96 ਮਾਡਲ ਹੈ। 96 ਮਾਡਲ, 1,25,000 ਰੁਪਇਆ ਰੇਟ। ਇਹ ਵੀ ਨੰਬਰ ਪੰਜਾਬ ਆ ਜੀ? ਹਾਂ ਪੰਜਾਬ। ਪੰਜਾਬ ਨੰਬਰ ਆ। ਨੰਬਰ ਪੰਜਾਬ ਦੇ ਆਪਾਂ ਨੰਬਰ ਲੈਂਦੇ, ਸਾਰੇ ਪੰਜਾਬ ਨੰਬਰ ਆ ਗਏ ਜੀ। ਪੰਜਾਬ ਨੰਬਰ ਟਰੈਕਟਰ ਮਿਲਣਗੇ। ਬਾਕੀ ਟਾਇਰ ਦੇ ਪਿਛਲੇ ਹੈਗੇ 40% ਮੁਰਲੇ ਵੀ ਸੇਮ ਜਿਹੇ ਕੰਡੀਸ਼ਨ ਦੇ ਟਾਇਰ ਨੇ। 1,25,000 ਰੁਪਇਆ ਡਿਮਾਂਡ, 1,96 ਮਾਡਲ ਹੈ ਜੀ। ਹਾਂ ਸਰ। ਚਾਹੇ ਜੋ ਆਪਾਂ ਬਾਹਰ ਦਿਖਾ ਦਈਏ ਟਰੈਕਟਰ ਹੈਗੇ ਖੜੇ ਦੇ ਜੀ। ਅੱਜ ਤੁਹਾਨੂੰ ਬਾਹਰ ਵੀ ਟਰੈਕਟਰ ਦਿਖਾਉਂਦੇ ਹਾਂ। ਇਹ ਅਰਜਨ ਕਿੰਨਾ ਮਾਡਲ ਜੀ? ਇਹ 16 ਮਾਡਲ ਜੀ। 2016 ਮਾਡਲ ਅਰਜਨ, 605 ਸੈਂਟਰ ਗੇਅਰ ਵਾਲਾ। 555 555 ਅਤੇ ਡਿਮਾਂਡ ਕਿੰਨੀ ਹੈ ਜੀ? ਇਹ 4.25 ਲੱਖ ਦਾ ਜੀ। ਨੰਬਰ ਜੀ ਪੰਜਾਬ ਜੀ? ਹਾਂ ਪੰਜਾਬ। ਠੀਕ ਆ। 4.25 ਲੱਖ ਰੁਪਈਆ 2016 ਮਾਡਲ ਅਰਜਨ, ਆਪਣਾ ਸੈਂਟਰ ਗੇਅਰ ਦੇ ਵਿੱਚ ਆ, ਪਾਵਰ ਸਟੇਰਿੰਗ ਦੇ ਵਿੱਚ ਆ। 4.25 ਲੱਖ ਰੁਪਏ ਡਿਮਾਂਡ ਆ। ਅਤੇ ਅਗਲਾ ਇੱਕ ਵਾਰ ਫਿਰ ਆ ਗਿਆ ਸੋਨਾਲੀਕਾ। ਸੋਨਾਲੀਕਾ 750 ਗੱਲ ਸਿਕੰਦਰ ਸੀਰੀਜ, 50 ਇਕੱਲਾ 50 ਸਿਕੰਦਰ ਸੀਰੀਜ ਦੇ ਵਿੱਚ ਆ ਇਹ। ਅਤੇ ਆਪਣਾ ਟਾਇਰ ਟੂਰ ਵਧੀਆ ਪਏ ਨੇ, 90% ਟਾਇਰ ਨੇ, ਨਵੀਂ ਕੰਡੀਸ਼ਨ ਦਾ। ਅਤੇ ਮਾਡਲ ਕਿੰਨਾ ਜੀ? ਇਹ 19 ਮਾਡਲ ਵੀਰੇ। 19 ਮਾਡਲ ਆ, ਬ੍ਰਾਂਡ ਨਿਊ ਟਰੈਕਟਰ। ਇਹ ਆਪਣਾ 3 ਸਪੀਡ ਵਾਲਾ ਜੀ? ਮੈਂ 2 ਸਪੀਡ 2 ਸਪੀਡ ਵਾਲਾ ਹੈ। ਪਾਵਰ ਸਟੀਅਰਿੰਗ ਦੇ ਵਿੱਚ ਆ, ਸਾਈਡ ਗੇਅਰ ਦੇ ਵਿੱਚ ਆ। ਅਤੇ ਡਿਮਾਂਡ ਕਿੰਨੀ ਇਹਦੀ? ਇਹ 5.15 ਵੀਰੇ। 5,15,000 ਰੁਪਏ ਡਿਮਾਂਡ ਆ। ਜੇ ਮੇਰੇ ਭਰਾ ਨੇ ਲੈਣਾ ਹੋਵੇ ਤਾਂ ਉਰੇ ਵੀਰਾਂ ਖੜਾ ਹੈ। ਅਤੇ ਅਗਲਾ ਜੀ ਅਰਜਨ, ਇਹ ਸੇਲ ਹੋ ਵੀਰੇ।
ਇਹ ਸੇਲ ਹੋ ਗਿਆ ਜੀ? ਠੀਕ ਆ ਠੀਕ ਆ ਜੀ। ਇਹ 9 ਮਰਲ, ਇਹ 10 ਮਰਲ, ਇਹ ਪਟਿਆਲਾ ਨੰਬਰ ਅਰਜਨ 10 ਮਰਲ ਜੀ। ਹਾਂਜੀ ਹਾਂਜੀ, 2010 ਮਾਡਲ 605 ਅਰਜਨ, ਇਹ ਪੰਜਾਬ ਨੰਬਰ ਆ ਜੀ। ਹਾਂ ਪੰਜਾਬ ਪਟਿਆਲੇ ਦਾ ਜੀ, ਪਟਿਆਲੇ ਦਾ ਨੰਬਰ ਆ। ਟਾਇਰ ਹੈਗੇ ਨੇ 60%, ਚਾਰੇ ਟਾਇਰ ਆਪਣਾ ਸਾਈਡ ਗੇਅਰ ਦੇ ਵਿੱਚ ਆ, ਪ੍ਰੈਸ਼ਰ ਸਟੀਅਰਿੰਗ ਦੇ ਵਿੱਚ ਆ। ਅਤੇ ਡਿਮਾਂਡ ਕਿੰਨੀ ਆ ਜੀ? ਇਹ 3,20,000 ਦਾ ਜੀ। 3,20,000 ਰੁਪਏ ਡਿਮਾਂਡ ਆ। ਮਾਡਲ ਕਿੰਨੇ? 10 ਮਾਡਲ ਜੀ, 10 ਮਾਡਲ, 10 ਮਾਡਲ ਦਾ 3,20,000 ਡਿਮਾਂਡ ਆ। ਇਹ ਸੇਲ ਰੇਟ ਨੇ, ਇਹ ਸੇਲ ਹੋ ਗਿਆ ਜੀ। ਉਹ ਪਰਲਾ ਰਹਿੰਦਾ 13 ਮਾਡਲ ਆ, 14 'ਚ, ਇਹ 14 ਮਾਡਲ ਜੀ। ਹਾਂਜੀ, 750 ਸੋਨਾਲੀਕਾ 2014 ਮਾਡਲ, ਟਾਇਰਾਂ ਦੀ ਕੰਡੀਸ਼ਨ 60% ਪਈ ਹੈ, ਅਤੇ ਸਾਈਡ ਗੇਅਰ ਦੇ ਵਿੱਚ ਆ। ਕਿੰਨਾ ਮਾਡਲ ਦੱਸਿਆ? 14 ਮਾਡਲ, 14। ਡਿਮਾਂਡ ਕਿੰਨੀ ਇਹਦੀ? ਇਹ 3,60,000 ਦਾ ਜੀ। 3,60,000 ਰੁਪਏ ਡਿਮਾਂਡ ਆ, ਪ੍ਰੈਸ਼ਰ ਸਟੇਰੀ ਦੇ ਵਿੱਚ ਆ। ਨੰਬਰ ਪੰਜਾਬ ਆ ਜੀ? ਹਾਂ ਪੰਜਾਬ, ਪੰਜਾਬ ਨੰਬਰ ਆ। ਅਤੇ ਇੱਧਰ 35 ਜੀ, ਇਹ ਸੇਲ ਹੋ ਗਈ, ਇਹ ਵੀ ਸੇਲ ਹੋ ਗਿਆ ਜੀ। ਅਤੇ ਇੱਧਰ ਸਾਡੀ ਪੈਸੇ ਲੋ ਵੀਰੇ, ਦਿਖਾ ਲਓ। ਅਜੇ ਇੱਧਰ ਵੀ ਦਿਖਾ ਜਗਦੀ ਆਪਾਂ, ਇੱਧਰ 37 ਫੋਰਡ ਖੜਾ ਹੈ। ਜੇ ਕਿਸੇ ਮੇਰੇ ਭਰਾ ਨੇ ਲੈਣਾ ਹੋਵੇ, ਇਹ 90 ਮਾਡਲ ਹੈ, ਉਸ 90 ਮਾਡਲ 37 ਫੋਰਡ, ਪਟਿਆਲਾ ਨੰਬਰ ਹੈ। ਇਹਦਾ ਮੈਨੂੰ ਤਾਂ ਮਿਲਦੀ ਬਹੁਤ ਘੱਟ ਲਿਖਣਾ ਜੀ। ਹਾਂਜੀ ਹਾਂ, ਇਹ ਪਾਵਰ ਪੂਵਰ ਜਿਹੜਾ ਫੋਰਡ ਉਹਦੇ ਨਾਲ 3700 ਵਾਲਾ ਇਹ ਪਾਵਰ ਫਰਕ ਹੁੰਦਾ, ਪੰਪ ਦੂਜਾ ਹੁੰਦਾ ਕਿਸੇ ਨੂੰ। ਠੀਕ ਆ ਠੀਕ ਆ ਜੀ। ਕਿੰਨਾ ਮਾਡਲ ਦਾ ਜੀ ਦੱਸਿਆ ਜੀ? 90 ਮਾਡਲ ਹੈ, 90 ਮਾਡਲ ਆ, ਟਾਇਰ ਟੂਰ ਹੈਗੇ ਨੇ 70%। ਇਹ ਡਿਮਾਂਡ ਕਿੰਨੀ ਇਹਦੀ? 1,25,000 ਕਹਿੰਦੇ, ਬਾਕੀ ਹੋ ਜੂ ਮੌਕੇ ਨਾਲ। 1,25,000 ਰੁਪਇਆ ਕਹਿੰਦੇ ਨੇ, ਬਾਕੀ ਮੌਕੇ 'ਚ ਹੋ ਜੂਗਾ ਘੱਟ ਵੱਧ। ਅਤੇ ਮਹਿੰਦਰਾ ਕੇ 275 ਜੀ, ਡੀ ਆਈ, ਇਹ 1,25,000 ਦੇ, 3x1 ਇੱਕ ਰੇਟ ਹੈ ਇਹਨਾਂ ਦਾ, ਰੇਟ ਇਹਦਾ ਘੱਟ ਹੈ, ਇਹ 90,000 ਦਾ। ਠੀਕ ਆ ਜੀ, ਇਹ ਕਿੰਨੇ ਦਾ ਦੱਸਿਆ ਜੀ? 1,25,000 ਦਾ। ਇਹ 1,25,000 ਰੁਪਇਆ ਟਾਇਰ ਹੈਗੇ ਨੇ, ਲਗਭਗ 60-70%। ਅਤੇ ਇਹ 724, ਇਹ 90,000 ਰੁਪਏ ਦਾ ਕੋਲ। 90,000 ਦਾ ਮਾਡਲ ਕਿੰਨਾ ਜੀ? ਇਹ 94 ਮਾਡਲ ਜੀ, 94 ਮਾਡਲ, 90,000 ਦਾ ਟਾਇਰ। ਇਹਦੇ ਵੀ ਹੈਗੇ ਨੇ ਮੁੱਢੇ ਟਾਇਰ ਹੈਗੇ ਨੇ 40%, ਪਿਛਲੇ ਟਾਇਰ ਡਾਊਨ ਨੇ। ਅਤੇ ਇਹ ਕਿੰਨੇ ਦਾ ਜੀ? ਇਹ ਵੀ 1,25,000 ਦਾ ਜੀ, ਇਹ ਵੀ 1,25,000 ਦਾ। ਅਤੇ ਮਾਡਲ ਕਿੰਨਾ ਜੀ? 96, 1996 ਮਾਡਲ ਆ। ਅਤੇ ਹਾਂਜੀ ਵੀਰੋ, ਇਹ ਸੀ ਟਰੈਕਟਰ ਜਿਹੜੇ ਆਪਾਂ ਨੂੰ, ਤੁਹਾਨੂੰ ਦਿਖਾਈ ਦਿੰਦੇ ਵੀਰ ਉਹਨਾਂ ਦੇ ਬਾਈ ਨੇ ਆਪਣਾ ਟਰੈਕਟਰਾਂ ਦੇ ਰੇਟ ਮਾਡਲ ਅਤੇ ਸਾਰੀ ਜਾਣਕਾਰੀ ਦਿੱਤੀ ਹੈ। ਬਾਕੀ ਇੱਕ ਵਾਰ ਆਪਣਾ ਐਡਰੈਸ ਦੱਸ ਦਿਓ ਜੀ, ਆਪਣਾ ਪਿੰਡ ਦਾ ਨਾਮ। ਪਿੰਡ ਹੁਸੈਨਪੁਰਾ ਜੀ, ਪਿੰਡ ਹੁਸੈਨਪੁਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ, ਤਹਿਸੀਲ ਫਤਿਹਗੜ੍ਹ ਸਾਹਿਬ, ਤਹਿਸੀਲ ਫਤਿਹਗੜ੍ਹ ਸਾਹਿਬ। ਅਤੇ ਆਪਣੇ ਨੰਬਰ ਬੋਲ ਦਿਓ ਜੀ, ਨੈਗੇਟਿਵ ਨੰਬਰ। 99147 32586। ਠੀਕ ਹੈ ਜੀ, ਇਹੀ ਕਨੈਕਟ ਨੰਬਰ ਜਾਂ ਹੋਰ ਵੀ ਕਨੈਕਟ ਨੰਬਰ? ਹਾਂਜੀ ਵੀਰੋ, ਇਹ ਸੀ ਵੀਰ ਜੀ ਉਹਨਾਂ ਦਾ ਕਨੈਕਟ ਨੰਬਰ ਅਤੇ ਆਪਣਾ ਪਿੰਡ ਦਾ ਐਡਰੈਸ। ਬਾਕੀ ਜਦੋਂ ਮੇਰਾ ਭਰਾ ਟਰੈਕਟਰ ਲੈਣਾ ਚਾਹੁੰਦਾ ਹੋਵੇ, ਕਹਿੰਦੇ ਪਿੰਡ ਆ ਕੇ ਤੁਸੀਂ ਟਰੈਕਟਰ ਆਪਣਾ ਦੇਖ ਕੇ ਪਰਖ ਕੇ ਲਿਜਾ ਸਕਦੇ ਹੋ। ਬਾਕੀ ਜਦੋਂ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਾ ਬੈਲ ਦਬਾ ਕੇ ਆਪਣੇ ਵੀਡੀਓ ਕਰ ਲਓ ਪ੍ਰੈਸ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ, ਧੰਨਵਾਦ ਜੀ।